ਮਾਤਾ ਜੀ ਇੰਨੀ ਮਾੜੀ ਹਾਲਤ ਦੇ ਵਿੱਚ ਸੀ, ਮੈਂਟਲੀ ਅਪਸੈਟ ਸੀ, ਬਲੀਡਿੰਗ ਹੋ ਰਹੀ ਸੀ, ਇਹਨਾਂ ਦਾ ਜੂਟਰਸ ਬਾਹਰ ਆਇਆ ਹੋਇਆ ਸੀਗਾ। ਅਰੇ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਅਰੇ ਮਾਂ ਕਿਉਂ ਮਾਰਤੀ ਹੈ ਮੇਰੇ ਕੋਲ, ਕਾਹੇ ਕੋ ਮਾਰਤੀ ਹੈ? ਕਿਉਂਕਿ ਇਸ ਟਾਈਮ ਮਾਤਾ ਜੀ ਇੰਨੀ ਤਕਲੀਫ ਦੇ ਵਿੱਚ ਆ, ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਗਾਓ ਕਾ ਨਾਮ ਕਿਆ ਬੋਲਾ ਮਾਂ? ਰੰਗੀਆਂ ਰੰਗੀਆਂ ਜਾਣਾ ਹੈ ਤੇਰੇ ਕੋ, ਰੰਗੀਆਂ ਕਿਵੇਂ ਪਤਾ? ਗਾਓ ਕਾ ਨਾਮ ਛਾਛੋ। ਕਹਾਂ ਜ਼ਿਲ੍ਹਾ ਕੌਣ ਸਾ ਹੈ? ਜ਼ਿਲ੍ਹਾ ਮਾਨਪੁਰੀ। ਤੇ ਜਿਹੜਾ ਇਹਨੇ ਐਡਰੈਸ ਦੱਸਿਆ ਮਾਤਾ ਜੀ ਨੇ, ਜੇ ਕੋਈ ਉਹ ਵੀ ਪਹਿਚਾਣਦਾ ਜਾਂ ਸਮਝਦਾ ਤਾਂ ਸਾਡੇ ਨਾਲ ਸੰਪਰਕ ਵੀ ਕਰਿਓ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਮਾਤਾ ਜੀ, ਮਾਤਾ ਸੀਤਾ ਜੀ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ, ਇਹ ਬਜ਼ੁਰਗ ਮਾਤਾ ਗਾਲਬ ਪਿੰਡ, ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਗਾਲਬ, ਉੱਥੋਂ ਮਿਲੇ ਸੀ ਸਾਨੂੰ। ਮਾਤਾ ਜੀ ਇੰਨੀ ਮਾੜੀ ਹਾਲਤ ਦੇ ਵਿੱਚ ਸੀ, ਮੈਂਟਲੀ ਅਪਸੈਟ ਸੀ, ਬਲੀਡਿੰਗ ਹੋ ਰਹੀ ਸੀ, ਇਹਨਾਂ ਦਾ ਜੂਟਰਸ ਬਾਹਰ ਆਇਆ ਹੋਇਆ ਸੀਗਾ, ਔਰ ਕਈ ਦਿਨਾਂ ਤੋਂ ਉੱਥੇ ਸੜਕਾਂ ਦੇ ਉੱਤੇ ਘੁੰਮਦੀ ਸੀ। ਦਵਿੰਦਰ ਸਿੰਘ ਅਤੇ ਮਾਨ ਸਿੰਘ ਵੀਰ ਹੁਣੀ ਸਾਡੇ ਕੋਲ ਛੱਡ ਕੇ ਗਏ ਸੀ ਮਾਤਾ ਜੀ ਨੂੰ। ਮਾਤਾ ਜੀ ਦੇ ਸਾੜੀ ਲੱਗੀ ਹੋਈ ਸੀ, ਜਿਵੇਂ ਤੁਸੀਂ ਤਸਵੀਰਾਂ ਦੇਖ ਰਹੇ ਹੋ, ਵੀਡੀਓ ਦੇਖ ਰਹੇ ਹੋ। ਮਾਤਾ ਜੀ ਨੂੰ ਅੱਜ ਤੱਕ ਕਿਸੇ ਨੇ ਪਹਿਚਾਣਿਆ ਨਹੀਂ, ਅਤੇ ਮਾਤਾ ਆਪਣਾ ਐਡਰੈਸ ਪੂਰਾ ਦੱਸ ਨਹੀਂ ਪਾ ਰਹੀ ਸਹੀ ਤਰੀਕੇ ਨਾਲ। ਅਪਸੈਟ ਆ, ਬਸ ਇੱਦਾਂ ਹੀ ਬੋਲੀ ਜਾਂਦੇ ਆ। ਫਿਰ ਇਹਨਾਂ ਨੂੰ ਸ਼ੂਗਰ ਸੀ, ਬਹੁਤ ਜ਼ਿਆਦਾ ਵੱਧ ਜਾਂਦੀ ਸੀ ਸ਼ੂਗਰ, ਜਿਹਦੇ ਕਰਕੇ ਇਹਨਾਂ ਦਾ ਅਪਰੇਟ ਆ ਜਿਹੜਾ ਉਹ ਜੂਟਰਸ ਦਾ ਰਿਮੂਵ ਹੋਣਾ ਸੀਗਾ, ਉਹ ਹੋ ਨਹੀਂ ਸੀ ਪਾ ਰਿਹਾ ਕਿਉਂਕਿ ਸ਼ੂਗਰ ਜ਼ਿਆਦਾ ਵੱਧਦੀ ਸੀ। ਅਤੇ ਹੁਣ ਕਈ ਦਿਨਾਂ ਤੋਂ ਮਾਤਾ ਜੀ ਦਾ ਟ੍ਰੀਟਮੈਂਟ ਚੱਲਦਾ ਸੀ, ਹੁਣ ਸ਼ੂਗਰ ਕੰਟਰੋਲ ਦੇ ਵਿੱਚ ਆ, ਹੁਣ ਮਾਤਾ ਜੀ ਦਾ ਅਪਰੇਟ ਹੋਣਾ ਵਾ, ਮਾਤਾ ਜੀ ਦਾ ਜੂਟਰਸ ਰਿਮੂਵ ਹੋਣਾ ਵਾ, ਉਹਦੇ ਲਈ ਮਾਤਾ ਜੀ ਨੂੰ ਅਸੀਂ ਐਡਮਿਟ ਕਰਾਉਣਾ ਹੋਸਪਿਟਲ ਦੇ ਵਿੱਚ, ਅਤੇ ਕੱਲ੍ਹ ਮਾਤਾ ਜੀ ਦਾ ਹੋਸਪਿਟਲ 'ਚ ਭੇਜਣ ਤੋਂ ਬਾਅਦ ਅਪਰੇਟ ਹੋਊਗਾ। ਅਰਦਾਸ ਕਰਿਓ ਸੀਤਾ ਮਾਤਾ ਜੀ ਦਾ ਆਪਰੇਸ਼ਨ ਆ ਜਿਹੜਾ ਉਹ ਸਕਸੈਸਫੁੱਲ ਹੋਵੇ, ਮਾਤਾ ਜੀ ਤੰਦਰੁਸਤ ਹੋ ਕੇ ਵਾਪਸ ਸੁਪਨਿਆਂ ਦੇ ਘਰ ਆਉਣ, ਕਿਉਂਕਿ ਇਸ ਟਾਈਮ ਮਾਤਾ ਜੀ ਇੰਨੀ ਤਕਲੀਫ ਦੇ ਵਿੱਚ ਆ, ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਮਾਤਾ ਜੀ ਨੂੰ ਉਸ ਤਕਲੀਫ ਦਾ ਪਤਾ ਹੀ ਨਹੀਂ ਲੱਗ ਰਿਹਾ ਵਿਚਾਰੀ ਨੂੰ, ਕਿਉਂਕਿ ਮੈਂਟਲੀ ਅਪਸੈਟ ਆ, ਉਵੇਂ ਹੀ ਤੁਰੇ ਫਿਰਦੇ ਆ। ਮਤਲਬ ਸਾਡੇ ਫੀਮੇਲ ਮੈਂਬਰ ਨੇ, ਵਲੰਟੀਅਰ ਸੇਵਾਦਾਰ ਨੇ, ਹਰ ਟਾਈਮ ਮਾਤਾ ਜੀ ਦੀ ਕੇਅਰ ਕਰਦੇ ਨੇ। ਬਸ ਅਰਦਾਸ ਕਰਿਓ ਮੇਰੀ ਇਹ ਸੀਤਾ ਮਾਤਾ ਦਾ ਘਰ ਲੱਭ ਜਾਵੇ, ਇਹ ਮੇਰੀ ਸੀਤਾ ਮਾਤਾ ਵਾਪਸ ਆਪਣੇ ਘਰ ਚਲੀ ਜਾਵੇ। ਵੀਡੀਓ ਸ਼ੇਅਰ ਕਰਿਓ ਅਤੇ ਆਪਰੇਸ਼ਨ ਸਕਸੈਸਫੁੱਲ ਹੋਵੇ, ਮਾਤਾ ਠੀਕ ਹੋ ਕੇ ਚੰਗਾ ਜੀਵਨ। ਡਾਕਟਰ ਅਰਚਨਾ ਨੇ, ਭੈਣ ਜੀ ਸਾਡੇ ਅਰਚਨਾ ਗੁਪਤਾ ਜੀ, ਉਹਨਾਂ ਨੇ ਅਪਰੇਟ ਕਰਨਾ, ਗਾਇਨੀ ਦੇ ਸਪੈਸ਼ਲਿਸਟ ਨੇ ਡਾਕਟਰ, ਅਤੇ ਵਾਹਿਗੁਰੂ ਕਿਰਪਾ ਕਰਨ ਮਾਤਾ ਜੀ ਦਾ ਆਪਰੇਸ਼ਨ ਠੀਕ ਠਾਕ ਹੋ ਜਾਵੇ। ਅਤੇ ਉੱਥੇ ਦੀਪਕ ਹੋਸਪਿਟਲ ਦੇ ਵਿੱਚ ਮਾਤਾ ਜੀ ਦਾ ਕੱਲ੍ਹ ਨੂੰ ਅਪਰੇਟ ਹੋਣਾ। ਹਾਂ ਮਾਂ ਨਮਸਤੇ, ਕੈਸੇ ਹੋ ਮਾਂ? ਮਾਂ ਤੁਹਾਰੇ ਗਾਓ ਕਾ ਨਾਮ ਕਿਆ ਹੈ? ਗਾਓ ਕਾ ਨਾਮ ਛਾਛੋ। ਕਹਾਂ ਜ਼ਿਲ੍ਹਾ ਕੌਣ ਸਾ ਹੈ? ਜ਼ਿਲ੍ਹਾ ਮਾਨਪੁਰੀ। ਔਰ ਮਾਂ ਕਹਾਂ ਪੜਤਾ ਹੈ? ਯੂਪੀ ਮੇ, ਬਿਹਾਰ ਮੇ? ਮਾਨਪੁਰੀ ਹੈ। ਪਤੀ ਕਾ ਨਾਮ ਕਿਆ ਹੈ? ਰਾਮ ਅਵਤਾਰ। ਰਾਮ ਅਵਤਾਰ ਕੀ ਬੀਬੀ ਹੋ ਤੁਮ? ਅਰੇ ਰਾਮ ਅਵਤਾਰ ਕੀ ਘਰ ਵਾਲੀ ਹੋ? ਕਿਤਨੇ ਬੱਚੇ ਠੋ, ਕਿਤਨੇ ਠੋ ਹੈ?
चार बच्चे क्या है? लड़का कितना है? तीन है, एक मर्डारो छिनार में। और लड़की कितनी? एक है लड़की, लड़की मर्डारी एक और। लड़की का नाम क्या है? पम्मी। पम्मी। और बेटे का नाम क्या है? बेटे का नाम अर्चना है। अर्चना तो मैंने अभी लिया है नाम, वही नाम बोल दिया तूने। तुम्हारे गांव का नाम क्या है माई? ददौना है। ददौना है। और जिला कौन सा है माँ? बुला लिया। जिला कौन सा है माँ? जिला मैनपुरी। मैनपुरी जिला है। ठीक है माँ, ठीक। जिहड़ा ने एड्रैस दस्सिया माता जी ने, जे कोई वह भी पहचानदा जां समझदा तां साडे नाल संपर्क भी करियो, ते माँ वास्ते अरदास भी करियो। वाहिगुरू जी का खालसा, वाहिगुरू जी।